ਅੱਜ ਅਸੀਂ ਪ੍ਰੀਤਮ ਸਿੰਘ ਰਾਹੀ ਦੀ ਸ਼ਾਇਰੀ ਦੇ ਸਰੋਕਾਰਾਂ ਬਾਰੇ ਵਿਚਾਰ ਚਰਚਾ ਕਰਾਂਗੇ। ਪ੍ਰੀਤਮ ਸਿੰਘ ਰਾਹੀ ਸਮਕਾਲੀ ਪੰਜਾਬੀ ਸਹਿਲ ਜਗਤ ਵਿੱਚ ਸਤਾਪ ਸਾਹਿਤਕਾਰ ਸੀ। ਉਸਨੇ ਇੱਕੋ ਸਮੇਂ ਕਵਿਤਾ, ਗਜ਼ਲ, ਆਲੋਚਨਾ ਅਤੇ ਅਨੁਵਾਦ ਦੇ ਖੇਤਰ ਵਿੱਚ ਆਪਣੀ ਕਾਬਲੀਅਤ ਅਤੇ ਕਲਾਤਮਕ ਹੁਨਰ ਦਾ ਸਿੱਕਾ ਮਨਵਾਇਆ। ਉਹ ਦਰਿਆਈ ਵਹਿਣ ਦੀ ਤਰ੍ਹਾਂ ਨਿਰੰਤਰ ਰਚਨਾਤਮਕ ਕਰਮ ਲਈ ਯਤਨਸ਼ੀਲ ਰਿਹਾ। ਪ੍ਰੀਤਮ ਸਿੰਘ ਰਾਹੀ ਦੇ ਪ੍ਰਕਾਸ਼ ਹੋ ਚੁੱਕੇ ਗਜ਼ਲ ਸੰਗ੍ਰਹਿਾਂ ਸਾਗਰ ਤੋਂ ਸੈਲੀਬ ਤੱਕ, ਕਾਸ਼ਨੀ ਧੁੱਪਾਂ, ਗਜ਼ਾਲ, ਮਾਲਕੌਸ ਦਾ ਸਮੁੱਚਾ ਸੰਗ੍ਰਹਿ ਹੈ। ਗੁਲਮੋਹਰ ਦੇ ਸੰਪੂਰਨ ਅਧਿਐਨ ਤੋਂ ਇਹ ਗੱਲ ਨਿਖੜ ਕੇ ਸਾਹਮਣੇ ਆਉਂਦੀ ਹੈ ਕਿ ਪ੍ਰੀਤਮ ਸਿੰਘ ਰਾਹੀ ਕਲਾਤਮਕ ਸੁੰਦਰਤਾ ਨਾਲ ਵਿਸ਼ੇ ਦੀ ਪੇਸ਼ਕਾਰੀ ਉੱਤੇ ਵਧੇਰੇ ਜ਼ੋਰ ਦਿੰਦਾ ਹੈ। ਉਸ ਲਈ ਕਲਾ ਕਲਾ ਲਈ ਨਹੀਂ, ਸਗੋਂ ਕਲਾ ਜੀਵਨ ਲਈ ਹੈ। ਵਿਚਾਰ ਦੀਨ ਪੁਸਤਕ ਦੇ ਮੁੱਖ ਬੰਧ ਵਿੱਚ ਉਹ ਖੁਦ ਇਸ ਗੱਲ ਨੂੰ ਮੰਨਦਾ ਹੈ, ਕੋਈ ਰਚਨਾ ਇਸ ਕਰਕੇ ਮਹਾਨ ਹੁੰਦੀ ਹੈ ਕਿ ਉਸਦਾ ਵਿਸ਼ਾ ਜਾਂ ਉਸ ਵਿੱਚ ਕਹੀ ਗਈ ਗੱਲ ਕਿਤਨੀ ਤਕੜੀ ਹੈ। ਕੀ ਇਹ ਜ਼ਿੰਦਗੀ ਨੂੰ ਸੇਧ ਦੇਣ ਵਾਲੀ ਹੈ? ਗੱਲ ਸਿਰਫ ਵੇਖਣ ਵਾਲੀ ਇਹ ਹੁੰਦੀ ਹੈ, ਜੋ ਮਨੁੱਖ ਕੱਪੜਿਆਂ ਨੂੰ ਹੀ ਸ਼ਖਸੀਅਤ ਸਮਝਦੇ ਹਨ ਉਹ ਭੁਲੇਖੇ ਵਿੱਚ ਹਨ। ਗੁਲਮੋਹਰ ਪੰਨਾ 7। ਭਾਵੇਂ ਵਿਸ਼ਾ ਵਸਤੂ ਸਹਿਜ ਦਾ ਸਰੀਰ ਹੈ, ਪਰ ਰੂਪਕ ਸੁੰਦਰਤਾ ਉਸਦੀ ਆਤਮਾ ਹੈ। ਆਤਮਾ ਤੋਂ ਬਿਨਾਂ ਸਰੀਰ ਦੀ ਕੀ ਹੋਂਦ ਅਤੇ ਸਰੀਰ ਤੋਂ ਬਿਨਾਂ ਆਤਮਾ ਦਾ ਕੀ ਅਰਥ? ਇਸ ਲਈ ਵਿਸ਼ਾ ਅਤੇ ਰੂਪਕ ਸੁੰਦਰਤਾ ਅੰਤਰ ਨਿਰਭਰ ਹਨ। ਕੋਈ ਸਾਹਿਤਕ ਰਚਨਾ ਉਦੋਂ ਤੱਕ ਮਹਾਨ ਰਚਨਾ ਨਹੀਂ ਬਣਦੀ ਜਦੋਂ ਤੱਕ ਵਿਸ਼ੇ ਅਤੇ ਰੂਪਕ ਦੀ ਸੁੰਦਰਤਾ ਦਾ ਉਚਿਤ ਧਿਆਨ ਨਾ ਰੱਖਿਆ ਜਾਵੇ। ਸਫਲ ਸਾਹਿਤਕਾਰ ਵਿੱਚ ਇਹ ਹੁਨਰ ਹੁੰਦਾ ਹੈ ਕਿ ਉਹ ਆਪਣੀ ਰਚਨਾ ਨੂੰ ਅਜਿਹੇ ਗੁਣਾਂ ਨਾਲ ਭਰਪੂਰ ਕਰ ਦਿੰਦਾ ਹੈ ਕਿ ਪਾਠਕ ਸਾਹਿਤਕ ਰਸ ਲੈਂਦਾ ਹੋਇਆ ਵਿਸ਼ੇ ਅਤੇ ਵਿਚਾਰ ਦੀ ਗਹਿਰਾਈ ਨੂੰ ਸਹਿਜ ਹੀ ਗ੍ਰਹਿਣ ਕਰ ਲੈਂਦਾ ਹੈ। ਲੇਕਿਨ ਅੱਜ ਕੱਲ੍ਹ ਵਿਚਾਰਧਾਰਕ ਪਹਿਲੂਆਂ ਨੂੰ ਵਧੇਰੇ ਮਹੱਤਵ ਦਿੱਤਾ ਜਾਂਦਾ ਹੈ। ਇਸੇ ਕਰਕੇ ਪੰਜਾਬੀ ਸਾਹਿਤ ਵਿੱਚ ਵਿਚਾਰਧਾਰਕ ਵਿਭਿੰਨਤਾ ਕਰਕੇ ਅਨੇਕਾਂ ਸਾਹਿਤਕ ਜਥੇਬੰਦੀਆਂ ਆਪਣੇ ਸੀਮਤ ਦਾਇਰੇ ਵਿੱਚ ਕੈਦ ਹੋ ਕੇ ਰਹਿ ਗਈਆਂ ਹਨ। ਇਸੇ ਕਰਕੇ ਵਿਚਾਰਧਾਰਕ ਖਹਿਬਾਜ਼ੀ ਦਾ ਦੌਰ ਸ਼ੁਰੂ ਹੋ ਗਿਆ ਹੈ। ਲੇਕਿਨ ਪ੍ਰੀਤਮ ਸਿੰਘ ਰਾਹੀ ਖੁਦ ਗਜ਼ਲ ਵਿੱਚ ਭਾਵਾਂ ਅਤੇ ਵਿਚਾਰਾਂ ਨੂੰ ਵਧੇਰੇ ਅਹਿਮੀਅਤ ਦਿੰਦਾ ਹੈ, ਪਰ ਉਸ ਦੀਆਂ ਸਮੁੱਚੀਆਂ ਗਜ਼ਲਾਂ ਕਲਾਤਮਕ ਗੁਣਾਂ ਨਾਲ ਵੀ ਭਰਪੂਰ ਹਨ। ਇਸ ਲਈ ਉਹ ਗਜ਼ਲ ਜਗਤ ਵਿੱਚ ਇੱਕ ਨਾਮਵਾਰ ਹਸਤਾਖਰ ਹੈ। ਪ੍ਰੀਤਮ ਸਿੰਘ ਰਾਹੀ ਕਲਾ ਦੇ ਵਪਾਰੀਕਰਨ ਤੋਂ ਪਰੇਸ਼ਾਨ ਸੀ। ਕੱਚੀਆਂ ਪਿੱਲੀਆਂ ਕਿਤਾਬਾਂ ਦੀ ਦੜਾਦੜ ਛਪਾਈ, ਘੁੰਡ ਚਕਾਈ, ਗੋਸ਼ਤੀਆਂ ਦਾ ਅਡੰਬਰ, ਮਾਨਾਂ ਸਨਮਾਨਾਂ ਸਤਿਕਾਰਾਂ ਵਿੱਚ ਹੋ ਰਹੀ ਕਾਣੀ ਵੰਡ ਸਾਹਿਤਕ ਖੇਤਰ ਲਈ ਖਤਰੇ ਦੀ ਘੰਟੀ ਹੈ। ਕਲਾ ਵੀ ਅੱਜ ਮੰਡੀ ਦੀ ਵਸਤ ਹੋ ਗਈ, ਰੁਲ ਰਿਹਾ ਮੰਡੀ ਦੇ ਵਿੱਚ ਫਨਕਾਰ ਹੈ। ਮੰਡੀ ਦੇ ਦੌਰ ਵਿੱਚ ਆਮ ਆਦਮੀ ਦੀ ਵੀ ਮੰਡੀ ਦੀ ਵਸਤ ਬਣ ਕੇ ਰਹਿ ਗਿਆ ਹੈ। ਹਰ ਸ਼ਖਸ ਵਸਤੂ, ਹਰ ਸ਼ਖਸ ਬਾਜ਼ਾਰ ਬਣ ਗਿਆ ਹੈ, ਜਾਂ ਉਹ ਖੁਦ ਵਿਕ ਰਿਹਾ ਹੈ ਜਾਂ ਖਰੀਦਦਾਰ ਬਣ ਗਿਆ ਹੈ। ਸਮਾਜਿਕ ਰਿਸ਼ਤੇ ਵੀ ਇਸ ਦੌਰ ਦੇ ਧੱਕੇ ਚੜ ਗਏ ਹਨ। ਖੂਨ ਦੇ ਰਿਸ਼ਤੇ ਵੀ ਜਾਇਦਾਦ ਦੀ ਵੰਡ ਨੂੰ ਲੈ ਕੇ ਇੱਕ ਦੂਜੇ ਦੇ ਜਾਨੀ ਦੁਸ਼ਮਣ ਬਣ ਗਏ ਹਨ। ਸਮਾਜਿਕ ਰਿਸ਼ਤਾ ਪ੍ਰਬੰਧ ਵੀ ਜ਼ਰੂਰਤ ਦਾ ਰਹਿ ਗਿਆ ਹੈ। ਪਤੀ ਪਤਨੀ, ਮਾਂ ਬਾਪ ਅਤੇ ਭੈਣ ਭਰਾ ਦਾ ਰਿਸ਼ਤਾ ਧਨ ਕੇਂਦਰਿਤ ਹੋ ਕੇ ਰਹਿ ਗਿਆ ਹੈ। ਕੱਟੇ ਵਿੱਚ ਰੁਲ ਗਈਆਂ ਨੇ ਸਭ ਕੀਮਤਾਂ, ਹਰ ਰਿਸ਼ਤਾ, ਹਰ ਨਾਤਾ ਵਪਾਰ ਬਣ ਗਿਆ। ਮਨੁੱਖ ਦੀ ਸੰਵੇਦਨਾ ਵੀ ਅਲੋਪ ਹੁੰਦੀ ਜਾ ਰਹੀ ਹੈ। ਇਸ ਲਈ ਦੌਲਤ ਦੀ ਹਫਸ ਨੇ ਰਹਿਮ ਅਤੇ ਦਰਿਆ ਦਿਲੀ ਵਰਗੇ ਭਾਵਾਂ ਨੂੰ ਮਨੁੱਖੀ ਸ਼ਖਸੀਅਤ ਵਿੱਚੋਂ ਖਤਮ ਕਰ ਦਿੱਤਾ ਹੈ। ਅੱਖਾਂ 'ਚੋਂ ਸ਼ਰਮ ਅਤੇ ਰਹਿਮ ਕਿਤੇ ਉੜ ਪੁੜ ਗਿਆ ਹੈ ਅਤੇ ਮਨੁੱਖ ਜਿਉਂਦੀ ਲਾਸ਼ ਬਣ ਕੇ ਰਹਿ ਗਿਆ ਹੈ, ਜਿਸ ਦਾ ਜ਼ਿਕਰ ਪ੍ਰੀਤਮ ਰਾਹੀ ਇਸ ਤਰ੍ਹਾਂ ਕਰਦਾ ਹੈ। ਅੱਖ ਦਾ ਪਾਣੀ ਜਿਹਦਾ ਮਰ ਗਿਆ ਮੁਰਦਾ ਹੈ, ਉਹ ਕੀ ਇਨਸਾਨ ਹੈ? ਸਮਾਜ ਦੇ ਮੌਜੂਦਾ ਚੱਲਣ ਤੋਂ ਸ਼ਹਿਰ ਪਰੇਸ਼ਾਨ ਹੈ। ਅਜੋਕੀਆਂ ਸਮਾਜਿਕ ਪਰਿਸਥਿਤੀਆਂ ਵਿੱਚ ਨੈਤਿਕ ਮੁੱਲਾਂ ਦੇ ਮਾਪਦੰਡ ਬਦਲਦੇ ਜਾ ਰਹੇ ਹਨ। ਸਮਾਜ ਦੇ ਠੇਕੇਦਾਰ, ਰਾਜਸੀ ਨੇਤਾ, ਸਰਕਾਰ ਦੇ ਨੁਮਾਇੰਦੇ ਸਾਰੀ ਸਥਿਤੀ ਨੂੰ ਸਮਝਦੇ ਹੋਏ ਵੀ ਚਸ਼ਮਦੀਨ ਬਣੇ ਬੈਠੇ ਹਨ। ਸਰਕਾਰ ਅਤੇ ਸਰਕਾਰੀ ਅਧਿਕਾਰੀ ਆਪਣੇ ਫਰਜ਼ ਤੋਂ ਅਵੇਸਲੇ ਹੋ ਗਏ ਹਨ। ਉਹਨਾਂ ਦਾ ਟੀਚਾ ਤਾਂ ਸਿਰਫ ਸਰਕਾਰੀ ਖਜ਼ਾਨੇ ਨੂੰ ਸੰਨ ਲਾਉਣਾ ਹੀ ਰਹਿ ਗਿਆ ਹੈ, ਜਾਂ ਫਿਰ ਭੋਲੀ ਭਾਲੀ ਜਨਤਾ ਨੂੰ ਲੁੱਟਣਾ ਅਤੇ ਗੁੰਮਰਾਹ ਕਰਨਾ। ਪਿੜ ਰਿਹਾ ਹੈ ਕਹਾਣੀ ਦੇ ਵਿੱਚ ਆਦਮੀ, ਸੌ ਰਹੀ ਹੈ ਦੇਖੋ ਸਮੇਂ ਦੀ ਸਰਕਾਰ ਹੈ। ਦੇਸ਼ ਨੂੰ ਇਹ ਵੇਚ ਕੇ ਖਾ ਜਾਣਗੇ ਨੇਤਾ, ਅੱਜ ਦੇ ਵੱਡੇ ਤਸਕਰ ਦੇਖ ਲੈ। ਤਾਕਤ ਅਤੇ ਕੁਰਸੀ ਦੀ ਦੌੜ ਨੇ ਰਾਜਸੀ ਨੇਤਾਵਾਂ ਨੂੰ ਵੱਖਵਾਦੀ ਅਤੇ ਅੱਤਵਾਦੀ ਜਥੇਬੰਦੀਆਂ ਨੂੰ ਸ਼ਹਿ ਦੇਣ ਲਈ ਮਜਬੂਰ ਕਰ ਦਿੱਤਾ ਹੈ। ਇੱਥੋਂ ਤੱਕ ਮਾਫੀਆ ਡੌਨ ਰਾਜਸੀ ਖੇਤਰ ਦੇ ਵਿੱਚ ਦਾਖਲ ਹੋ ਗਏ ਹਨ। ਇਸ ਲਈ ਰਾਜਨੀਤੀ ਗੁੰਡਿਆਂ ਦਾ ਦੰਗਲ ਬਣ ਕੇ ਰਹਿ ਗਈ ਹੈ। ਅਮਨ ਸ਼ਾਂਤੀ ਖੰਭ ਲਾ ਕੇ ਉੱਡ ਗਈ ਹੈ। ਅਖਬਾਰਾਂ ਬੰਬ ਧਮਾਕਿਆਂ, ਕਤਲਾਂ, ਬਲਾਤਕਾਰਾਂ, ਲੁੱਟਾਂ ਖੋਹਾਂ ਅਤੇ ਦੁਰਘਟਨਾਵਾਂ ਨਾਲ ਭਰੀਆਂ ਪਈਆਂ ਹਨ। ਸ਼ਹਿਰ ਇਸ ਦਾ ਜ਼ਿਕਰ ਇਸ ਤਰ੍ਹਾਂ ਕਰਦਾ ਹੈ, ਅਮਨ ਸ਼ਾਂਤੀ ਦੀ ਸ਼ਾਇਦ ਸੁਰਖੀ ਮਿਲੇ। ਅਖਬਾਰ ਦੀ ਇੱਕ ਇੱਕ ਖਬਰ ਦੇਖਦਾ ਹਾਂ। ਜੰਗਲ ਵਿੱਚ ਤੁਰ ਪਏ ਨੇ ਸਾਰੇ ਪਨਾਹ ਖਾਤਰ, ਲਹੂ ਵਿੱਚ ਡੁੱਬਿਆ ਹੈ ਸ਼ਹਿਰ, ਕੀ ਕਰੀਏ।
ਪੰਜਾਬ ਦੇ ਅੱਤਵਾਦ ਦੌਰਾਨ ਹੋਈ ਦਹਿਸ਼ਤ ਨੇ ਮਨੁੱਖ ਦਾ ਜੀਣਾ ਮਹਾਲ ਕਰ ਦਿੱਤਾ ਸੀ ਅਤੇ ਦਹਿਸ਼ਤ ਮਨੁੱਖੀ ਜ਼ਹਿਨ ਦਾ ਹਿੱਸਾ ਬਣ ਗਈ ਸੀ। ਹਰ ਸ਼ਖਸ ਹਰ ਵਸਤ ਸ਼ੱਕੀ ਹੋ ਗਈ ਸੀ। ਪ੍ਰੀਤਮ ਸਿੰਘ ਰਾਹੀ ਨੇ ਪੰਜਾਬ ਸੰਤਾਪ ਨੂੰ ਬਾਖੂਬੀ ਚਿਤਰਿਆ ਹੈ। ਕੋਈ ਸੜਕ ਕੋਈ ਪਗਡੰਡੀ ਸੁਰੱਖਿਅਤ ਨਹੀਂ, ਕਿਹਨੇ ਸਿਹ ਦਾ ਤਕੜਾ ਵਿਹੜੇ ਗੱਡਿਆ। ਆਰਥਿਕ ਕਾਣੀ ਵੰਡ ਨੇ ਗਰੀਬੀ ਦੀ ਰੇਖਾ ਹੇਠਾਂ ਜੀ ਰਹੇ ਮਿਹਨਤ ਕਸ਼ ਮਨੁੱਖ ਦਾ ਜੀਵਨ ਹੋਰ ਕਸ਼ਟਮਈ ਕਰ ਦਿੱਤਾ ਹੈ, ਉਹਨਾਂ ਦਾ ਲੱਕ ਤੋੜ ਦਿੱਤਾ ਹੈ। ਮੁੱਢਲੀਆਂ ਲੋੜਾਂ ਦੀ ਪੂਰਤੀ ਉਹਨਾਂ ਲਈ ਚਿੰਤਾ ਦਾ ਵਿਸ਼ਾ ਬਣ ਗਈ ਹੈ। ਪ੍ਰੀਤਮ ਸਿੰਘ ਰਾਹੀ ਦੀ ਯਥਾਰਥਵਾਦੀ ਦ੍ਰਿਸ਼ਟੀ ਸਮਾਜਿਕ ਆਰਥਿਕ ਪ੍ਰਬੰਧ ਦੀ ਹਰ ਪਰਤ ਨੂੰ ਗੰਭੀਰਤਾ ਨਾਲ ਦੇਖਦੀ ਹੈ। ਉਸਦੀ ਗਜ਼ਲ ਲੁੱਟੇ ਜਾ ਰਹੇ ਅਤੇ ਲੁੱਟ ਰਹੇ ਵਰਗ ਦਾ ਨਖੇੜਾ ਕਰਦੀ ਹੈ। ਉਹ ਲੁੱਟੇ ਜਾ ਰਹੇ ਵਰਗ ਦੇ ਹਿੱਤਾਂ ਦਾ ਹਾਮੀ ਹੈ ਅਤੇ ਉਹਨਾਂ ਦੇ ਖੁਸ਼ਹਾਲ ਭਵਿੱਖ ਦੀ ਕਾਮਨਾ ਕਰਦਾ ਹੈ। ਲੇਕਿਨ ਇਹ ਇੱਛਾ ਪੂਰਤੀ ਸਹਿਜੇ ਨਹੀਂ ਹੋਣੀ, ਇਸ ਲਈ ਮੌਜੂਦਾ ਭ੍ਰਿਸ਼ਟ ਨਿਜ਼ਾਮ ਬਦਲਣਾ ਪਏਗਾ। ਕੋਈ ਇੱਕ ਬੰਦਾ ਸਮੁੱਚਾ ਨਿਜ਼ਾਮ ਬਦਲ ਨਹੀਂ ਸਕਦਾ, ਇਸ ਲਈ ਸਮੂਹਿਕ ਤੌਰ 'ਤੇ ਯਤਨ ਕਰਨ ਦੀ ਜ਼ਰੂਰਤ ਹੈ। ਇਕੱਲੇ ਇਕੱਲੇ ਰਿਹਾ ਕੁਝ ਵੀ ਹੋਣਾ ਨਹੀਂ, ਮਿਲ ਕੇ ਕਰੋ ਉਪਾਅ, ਰਾਤ ਹਨੇਰੀ ਹੈ। ਅਜਿਹੇ ਸੰਘਰਸ਼ ਦੇ ਲਈ ਨੇਤਾਵਾਂ ਦੀ ਚੋਣ ਕਰਨ ਲੱਗਿਆਂ ਵੀ ਸੁਚੇਤ ਹੋਣਾ ਪਵੇਗਾ। ਨੇਤਾਵਾਂ ਦੀ ਕਥਨੀ ਅਤੇ ਕਰਨੀ ਦਾ ਨਖੇੜਾ ਕਰਨਾ ਪਏਗਾ। ਇਸ ਲਈ ਪ੍ਰੀਤਮ ਰਾਹੀ ਇਹਨਾਂ ਨੇਤਾਵਾਂ ਉੱਤੇ ਵਿਅੰਗ ਕਰਕੇ ਤੱਥ ਦੀ ਤਹਿ ਤੱਕ ਜਾਣ ਦੀ ਸਲਾਹ ਦਿੰਦਾ ਹੈ। ਅੱਖਾਂ ਵਿੱਚ ਪਾ ਕੇ ਕੱਟਾ, ਹੱਥਾਂ 'ਤੇ ਸਰੋਂ ਜਮਾਵੇ, ਮਦਾਰੀ ਮੇਰੇ ਸ਼ਹਿਰ ਦਾ ਕਰਦਾ ਕਮਾਲ ਹੈ। ਕਦੇ ਹੈ ਨੀਲੀ ਕਦੇ ਹੈ ਚਿੱਟੀ, ਆਉਣ ਬਦਲ ਕੇ ਬਾਣੇ ਲੋਕ, ਆਉਣ ਬਦਲ ਕੇ ਬਾਣੇ ਲੋਕ। ਆਦਰਸ਼ ਸ਼ਹਿਰ ਆਸ਼ਾਵਾਦੀ ਵਿਰਤੀ ਦਾ ਮਾਲਕ ਹੈ। ਉਸ ਮੁਤਾਬਕ ਭ੍ਰਿਸ਼ਟ ਨਿਜ਼ਾਮ ਦੇ ਦਿਨ ਪੁੱਗ ਗਏ ਹਨ। ਰਾਤ ਭਾਵੇਂ ਜਿੰਨੀ ਮਰਜ਼ੀ ਕਾਲੀ ਹੋਵੇ, ਖਤਮ ਹੋਣੀ ਹੀ ਹੈ। ਇਸੇ ਤਰ੍ਹਾਂ ਲੁੱਟ ਦਾ ਰਾਜ ਹਮੇਸ਼ਾ ਨਹੀਂ ਰਹਿਣਾ, ਜ਼ੁਲਮ ਦੇ ਕਹਿਰ ਦੀ ਹਕੂਮਤ ਜਲਦੀ ਖਤਮ ਹੋ ਜਾਣੀ ਹੈ। ਸ਼ਹਿਰ ਲਿਖਦਾ ਹੈ, ਉਸ ਦੇ ਦਿਨ ਸਮਝੋ ਪੂਰੇ ਹੋ ਗਏ, ਹਕੂਮਤ ਜੋ ਲੋਕਾਂ 'ਤੇ ਕਹਿਰ ਢਾਏਗੀ। ਪਦਾਰਥ ਦੀ ਦੌੜ ਵਿੱਚ ਪਿਆਰ ਦਾ ਜਜ਼ਬਾ ਅਲੋਪ ਹੁੰਦਾ ਜਾ ਰਿਹਾ ਹੈ। ਪ੍ਰੀਤਮ ਸਿੰਘ ਰਾਹੀ ਜੀਵਨ ਸ਼ੈਲੀ ਵਿੱਚ ਆਏ ਪਰਿਵਰਤਨ ਤੋਂ ਨਾ ਖੁਸ਼ ਹੈ। ਮਸਲੇ ਰੋਟੀ ਕੱਪੜੇ ਮਕਾਨ ਦੇ ਉਲਝ ਗਏ ਇਤਨੇ, ਅਰਥ ਹੁਣ ਰੱਖਦੀ ਨਹੀਂ ਕੋਈ ਪਿਆਰ ਦੀ ਗੱਲ। ਜੀਵਨ ਪਿਆਰ ਦਾ ਆਧਾਰ ਹੈ। ਸਮੁੱਚੀ ਦੁਨੀਆ ਦਾ ਸਾਹਿਤ ਪਿਆਰ ਦੀ ਸਰਵਵਿਆਪੀ ਭਾਵਨਾ ਤੋਂ ਪ੍ਰੇਰਿਤ ਹੈ। ਲਗਭਗ ਹਰੇਕ ਸਾਹਿਤਕਾਰ ਦੀ ਕਲਮ ਨਿੱਜੀ ਪਿਆਰ ਦੇ ਅਨੁਭਵਾਂ ਨੂੰ ਬਿਆਨਦੀ ਹੋਈ ਇੱਕ ਦਿਨ ਵਿਸ਼ਵ ਭਲਾਈ ਦੇ ਰਾਹ 'ਤੇ ਤੁਰਦੀ ਹੈ। ਪ੍ਰੀਤਮ ਸਿੰਘ ਰਾਹੀ ਜਿਸਮਾਨੀ ਪ੍ਰੀਤ ਨਾਲੋਂ ਰੂਹਾਨੀ ਪ੍ਰੀਤ ਨੂੰ ਤਰਜੀਹ ਦਿੰਦਾ ਹੈ। ਉਸਨੂੰ ਇਹ ਪਤਾ ਨਹੀਂ ਮੁਹੱਬਤ ਕਿਸ ਬਲਾ ਦਾ ਨਾਂ ਹੈ, ਜਿਸਮ ਦੀ ਵਾਦੀ 'ਚੋਂ ਨਿਕਲ ਕੇ ਰੂਹ ਵਿੱਚ ਸਮਾਇਆ ਕਰੇ। ਲੱਗੀ ਪ੍ਰੀਤ ਜਿਨ੍ਹਾਂ ਦੀ ਚੰਨ ਤਾਰਿਆਂ ਦੇ ਨਾਲ ਨਹੀਂ, ਪਰਚਦੇ ਧਰਤ ਦੇ ਹਲਾਰਿਆਂ ਦੇ ਨਾਲ। ਬਿਰਹਾਂ ਅਤੇ ਅਤ੍ਰਿਪਤੀ ਹੀ ਮਨੁੱਖ ਨੂੰ ਮਿਲਾਪ ਅਤੇ ਤ੍ਰਿਪਤੀ ਲਈ ਯਤਨਸ਼ੀਲ ਅਤੇ ਕਿਰਿਆਸ਼ੀਲ ਰੱਖਦੀ ਹੈ। ਇਸ ਲਈ ਮਾਰਫਤ ਦਾ ਪੜਾਅ ਸੂਫੀ ਮਤ ਵਿੱਚ ਵਿਸ਼ੇਸ਼ ਮਹੱਤਵ ਰੱਖਦਾ ਹੈ। ਪ੍ਰੀਤਮ ਸਿੰਘ ਰਾਹੀ ਆਪਣੀਆਂ ਗਜ਼ਲਾਂ ਵਿੱਚ ਬਿਰਹਾਂ ਦਾ ਮਨਮੋਹਕ ਪ੍ਰਗਟਾਵਾ ਸਹਿਜ ਹੀ ਕਰ ਜਾਂਦਾ ਹੈ। ਮੜ ਲਿਆ ਬਿਰਹੋਂ ਦਾ ਵਟਣਾ ਰੂਹ ਨੇ, ਪੈ ਗਿਆ ਪੱਲੇ ਵਿੱਚ ਉਮਰਾਂ ਦਾ ਵਿਰਾਗ, ਖੇੜਿਆਂ ਦੇ ਵਿਹੜੇ ਵਿੱਚ ਹੁਸਨ ਤੇਰੇ ਦਾ ਜ਼ਿਕਰ, ਕੱਖ ਪਏ ਵਿਲਕਦੇ ਨੇ ਤੇਰੇ ਵਾਜੋਂ ਝੰਗ ਦੇ। ਐਵੇਂ ਨਹੀਂ ਫੁੱਲਾਂ ਦੇ ਚਿਹਰੇ 'ਤੇ ਹੰਝੂ, ਰਾਤ ਭਰ ਨੈਣਾਂ ਦੀ ਬੁਲਬੁਲ ਹੈ ਰੋਈ। ਪ੍ਰੀਤਮ ਸਿੰਘ ਰਾਹੀ ਦੀ ਸ਼ਾਇਰੀ ਇਸ਼ਕ ਹਕੀਕੀ ਦਾ ਅਹਿਸਾਸ ਕਰਵਾਉਂਦੀ ਹੈ। ਉਹ ਆਸ਼ਾਵਾਦੀ ਵਿਰਤੀ ਦਾ ਮਾਲਕ ਹੈ। ਉਹ ਰੱਬੀ ਹੋਂਦ ਅਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਸੱਚੀ ਸੱਚੀ ਸ਼ਖਸੀਅਤ ਪ੍ਰਤੀ ਸ਼ਰਧਾ ਰੱਖਦਾ ਹੈ। ਗੁਲਮੋਹਰ ਦਾ ਮੰਗਲਾਚਰਨ ਅਤੇ ਪੰਨਾ 260 'ਤੇ ਲਿਖੀ ਗਜ਼ਲ ਇਸ ਤੱਥ ਦਾ ਸਬੂਤ ਹੈ। ਬਰਕਤ ਵਾਲਿਆ ਤੇਤੋਂ ਇੱਕ ਦਾਤ ਮੰਗਦਾ ਹਾਂ, ਕਿ ਢਲ ਜਾਏ ਸ਼ਹਿਰੀ ਵਿੱਚ ਮੇਰੀ ਹਰ ਆਰਜੂ ਸਾਈਂ। 13-13 ਬਾਬਾ ਤੋਲੇ, ਅਗਮ ਨਿਗਮ ਦੀ ਬਾਣੀ ਬੋਲੇ। ਲੇਕਿਨ ਪ੍ਰੀਤਮ ਸਿੰਘ ਰਾਹੀ ਧਰਮ ਪ੍ਰਤੀ ਅੰਨੀ ਸ਼ਰਧਾ ਦਾ ਸ਼ਿਕਾਰ ਨਹੀਂ ਹੈ। ਉਹ ਤਾਂ ਧਰਮ ਦੀ ਪ੍ਰੇਮ ਭਾਵਨਾ ਦਾ ਸਤਿਕਾਰ ਕਰਦਾ ਹੈ। ਉਹ ਧਰਮ ਦੀਆਂ ਗੁੰਮਰਾਹ ਕਰਨ ਵਾਲੀਆਂ ਦਲੀਲਾਂ ਨੂੰ ਨਕਾਰ ਕੇ ਸਮਾਜ ਨਾਲ ਸੰਵਾਦ ਵੀ ਰਚਾਉਂਦਾ ਹੈ। ਪ੍ਰੀਤਮ ਸਿੰਘ ਰਾਹੀ ਇੱਕ ਚੇਤਨ ਸ਼ਾਇਰ ਹੈ। ਉਹ ਹਰ ਗੱਲ ਦੀ ਤਹਿ ਤੱਕ ਜਾਂਦਾ ਹੈ। ਜੀਵਨ ਦੇ ਯਥਾਰਥ ਨੂੰ ਪਾਠਕਾਂ ਤੱਕ ਪਹੁੰਚਾਉਣਾ ਹੀ ਉਸਦੀ ਰਚਨਾ ਦਾ ਮਨੋਰਥ ਹੈ। ਜੀਵਨ ਦੀਆਂ ਗੁੰਝਲਦਾਰ ਪਰਤਾਂ ਨੂੰ ਖੋਲ੍ਹਣਾ ਆਮ ਆਦਮੀ ਦੇ ਵੱਸ ਦੀ ਗੱਲ ਨਹੀਂ ਹੈ। ਇਸ ਲਈ ਇੱਕ ਪ੍ਰਗਤੀਸ਼ੀਲ ਸਾਹਿਤਕਾਰ ਦਾ ਕਰਤੱਵ ਬਣਦਾ ਹੈ ਕਿ ਉਹ ਜਨ ਸਧਾਰਨ ਅਤੇ ਜਨ ਜਾਗਰਤੀ ਲਈ
जीवन यथार्थ नूं स्पष्ट ते सरल रूप विच पाठकां दे सामने रखे। इस लई प्रीतम सिंह राही जन जागृति दा काविक होका दिंदा है। साडे नगमे सुत्तियां दे लई जागो ने, साडे नगमे भुखियां दे लई होके। हनेरियां नूं भजाउण दा किरण जिहा हौसला रखो, फैला दिओ दूर तक रोशनी इस दौर विच। अज्ञानता दे हनेरे नूं भजाउण लई साहितकार एक अहम भूमिका निभाउंदा है। साहित्यक किरत दा सोज तृप्ती दे नाल नाल ज्ञान दा संचार करना पहला फर्ज है। खास करके कविता दे माध्यम राही विचारां दी खूबसूरत पेशकारी पाठक नूं बधेरे प्रभावित करती है। केवल विचारां नूं ही अहमियत देण नाल कोई रचना प्रचार बन के रह जाती है। उस विचों काव्यक खूबियां अलोप हो जांदियां हन। अजिही साहित्यक रचना बोझल हो के रह जाती है ते काव्यक आनंद नहीं दिंदी। प्रीतम सिंह राही इस साहित्यक सिद्धांत तो वाकब है। वह जन सधारण की जवान विच शहरी करता होया विचारां नूं पेश करता है अते कलात्मक युक्तां दी सुचज्जी वरतों करता है। इसलिए उस दियां गजलां काव्य खूबियां भी सांभियां बैठियां हन। खड़ी खड़ोती बस इत्थे ही बुस जाएगी, छपड़ी दे की वादे दरियावां नाल। गुलमोहर विचली ज़्यादातर शायरी सहज ते सरल है। बेलोड़े शिंगार की थान सीधी ते स्पष्ट गल की गई है। शायर खुद भी सादगी पसंद है ते बेलोड़े अडंबरां तो बचना चाहुंदा है। उसकी इस सोच का एक शेर दे विच हवाला मिलता है। एवें बिंबा प्रतीकां दे राह तुर पए, सहज सुभा कलाम लिखदे सी चंगे भले। कविता विच बिंबा प्रतीकां अलंकारां रसां आदि की वरतों कवि दे वस की गल नहीं है। जेकर किस दे वस की गल हुंदी तां सहित सिद्धांतक भाषा शास्त्री अते आलोचक कमाल की कविता लिखण दे समर्थ हुंदे। कविता सहज सिरजण का एक कुदरती वाहा है जो चश्मे की तरह मनोवह तुरदा है। हरेक साहित्यकार अपने भावां ते विचारां नूं प्रगटाउण दे लई ढुकवें शब्दां की चोण करता है। कई शब्दां की अजिही तरतीब काव्यक लयबद्ध पैदा करके संगीतक हलारा दे जांदी है ते विचारां दी डंगाई नूं मानण दी प्रक्रिया विच पा जांदी है। गुलमोहर विचलियां गजलां भाव ते विचार दी पद्धर उत्ते विचरदियां होईयां काव्यक सुंदरता नाल अपना गूढ़ा रिश्ता स्थापित करदियां हन। इस गल तों इनकार नहीं कीता जा सकता कि प्रीतम सिंह राही दियां गजलां विचार प्रधान हन ते उन्हां विच कलात्मक गुंझलां तों बचण दी कोशिश कीती गई है। इसलिए यह शायरी जन सधारण दे सहजे समझ आउण वाली है ते आम जनता नूं समकाली यथार्थ तों जाणू करवा के एक खुशहाल समाज दा निर्माण करन दे लई समूहक संघर्ष दा होका देण वाली है। प्रीतम सिंह राही दी नवेकली शायरी गज़ल जगत विच उसकी एक वक्री पहचान बनाउंदी है। चार गज़ल संग्रह दा समुच्चा संग्रह गुलमोहर इस तथ्य नूं उजागर करता है कि शायर की प्रगतिवादी सोच सदका विचार अधीन संग्रह एक वर्ग विशेष भावें उसनों दलित का नाम दिता जाए या शोषित वर्ग का लई एक अगांह बधू जज्बे का संचार करती है। प्रीतम सिंह राही दियां गजलां शोषित वर्ग लई प्रेरणा स्रोत हैं ते लुट्टण वाले वर्ग के लिए भविख विच आउण वाली समाजिक आर्थिक जागृति की ताड़ना भी है। वीडियो देखने लई बहुत बहुत धन्यवाद।